ਇਹ ਤਸਵੀਰਾਂ ਜਲੰਧਰ ਦੇ ਲੋਹੀਆਂ ਇਲਾਕੇ ਦੀਆਂ ਨੇ, ਜਿੱਥੇ ਕਿ ਨੌਜਵਾਨਾਂ ਦੀ ਟੋਲੀ ਘਰ ਘਰ ਜਾ ਕੇ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਇੱਕ ਪਾਸੇ ਇਹ ਖੁਦ ਆਪ ਜਾ ਕੇ ਲੋਕਾਂ ਦੇ ਪਸ਼ੂਆਂ ਨੂੰ ਚਾਰਾ ਪਹੁੰਚਾ ਰਹੇ ਨੇ, ਤਾਂ ਉੱਧਰ ਹੀ ਦੂਸਰੇ ਪਾਸੇ ਲੋਕ ਖੁਦ ਵੀ ਇਹਨਾਂ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਰਹੇ ਨੇ। ਜਲੰਧਰ ਦਾ ਲੋਹੀਆਂ ਇਲਾਕਾ ਪਿੱਛੇ 6 ਦਿਨਾਂ ਤੋਂ ਹੜ੍ਹ ਦੀ ਮਾਰ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਹੜ੍ਹ ਕਰਕੇ ਲੋਕਾਂ 'ਚ ਭਾਰੀ ਪਰੇਸ਼ਾਨੀ ਵੇਖਣ ਨੂੰ ਮਿਲ ਰਹੀ ਹੈ, ਉੱਧਰ ਹੀ ਦੂਸਰੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੀ ਮਦਦ ਆਪੋ ਆਪਣੇ ਢੰਗ ਨਾਲ ਕਰ ਰਹੇ ਨੇ। ਅਜਿਹੀ ਹੀ ਹੈ ਇੱਕ ਯਾਰਾਂ ਦੀ ਟੋਲੀ ਜੋ ਬੇਜ਼ੁਬਾਨ ਜਾਨਵਰ ਦੇ ਚਾਰੇ ਦਾ ਪ੍ਰਬੰਧ ਕਰ ਰਹੀ ਹੈ। ਇਹਨਾਂ ਦਾ ਕਹਿਣਾ ਹੈ ਕਿ ਇਨਸਾਨ ਤਾਂ ਆਪਣੀ ਭੁੱਖ ਦਾ ਇਜ਼ਹਾਰ ਬੋਲ ਕੇ ਕਰ ਲੈਂਦਾ ਹੈ, ਪਰ ਬੇਜ਼ੁਬਾਨ ਜਾਨਵਰ ਇਸ ਦਾ ਇਜ਼ਹਾਰ ਨਹੀਂ ਕਰ ਪਾਉਂਦੇ। ਇਹ ਹਰੇ ਚਾਰੇ ਦੀ ਘਰ ਵਾਸਤੇ ਕਰਦੇ ਪਏ ਹਾਂ ਪਸ਼ੂਆਂ ਵਾਸਤੇ, ਇਹਦਾ ਕਾਰਨ ਕੋਈ ਜ਼ਿਆਦਾ ਵੱਡਾ ਨਹੀਂ ਹੈ, ਇੱਕ ਲੋਕ ਸੇਵਾ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀ ਹੜ੍ਹ ਪ੍ਰਭਾਵਿਤ ਲੋਕ ਤਾਂ ਤੁਹਾਨੂੰ ਦੇਖ ਹੀ ਲਿਆ ਸਾਰੇ, ਤੁਸੀਂ ਸਾਰਿਆਂ ਨੂੰ ਪਤਾ ਹੀ ਆ, ਜੇ ਗਿੱਦੜ ਪਿੰਡੀ 'ਤੇ ਜਾਂ ਇੱਧਰਲੇ ਏਰੀਏ ਦਾ ਹਾਲ ਸਤਲੁਜ ਦਰਿਆ ਨੇ ਜੋ ਕੀਤਾ ਵਾ, ਉਹ ਅਸੀਂ ਜਾਇਜ਼ਾ ਲਿਆ ਕਿ ਲੋਕ ਜਿਹੜੇ ਆਪ ਦੇ ਵਿਚਾਰੇ ਮੂੰਹੋਂ ਮੰਗ ਕੇ ਜੇ ਆਪਦੇ ਕੋਲ ਨਾ ਆਊਗਾ ਜਾਂ ਆਂਢ ਗੁਆਂਢ ਕੋਲੋਂ ਜਾਂ ਜਿੱਦਾਂ ਵੀ ਕਿਸੇ ਕੋਲੋਂ ਮੰਗ ਕੇ ਖਾ ਲੈਣਗੇ, ਪਰ ਜਿਹੜੇ ਪਸ਼ੂ ਵਿਚਾਰੇ ਆ ਖੁਰਲੀਆਂ ਨਾਲ ਬੰਨੇ ਹੋਏ ਆ ਜਾਂ ਖੁੱਲ੍ਹੇ ਛੱਡੇ, ਉਹਨਾਂ ਵਿਚਾਰਿਆਂ ਦਾ ਤਾਂ ਕੋਈ ਹਰੇ ਚਾਰੇ ਵਾਸਤੇ ਕੋਈ ਇਹਨਾਂ ਦਾ ਹੈਗਾ ਨਹੀਂਗਾ। ਅਸੀਂ ਉਸ ਵਾਸਤੇ ਕੱਲ੍ਹ ਸਾਡੇ ਫਰੰਟ ਸਰਕਲ ਨੇ ਸਲਾਹ ਕੀਤੀ, ਫਿਰ ਅਸੀਂ ਉੱਥੋਂ ਦਾ ਜਾਇਜ਼ਾ ਲੈ ਗਏ ਵੀ ਕਿੱਥੇ ਕਿੱਥੇ ਇਸ ਚੀਜ਼ ਦੀ ਲੋੜ ਆ। ਫਿਰ ਅਸੀਂ ਅੱਜ ਸਵੇਰੇ 6 ਵਜੇ ਦੇ ਕਰੀਬ ਲੱਗੇ ਤਾਂ ਅਸੀਂ 4 ਟਰਾਲੀਆਂ ਜਿੱਦਾਂ ਸਾਡੇ ਹਰੇ ਚਾਰੇ ਦੀਆਂ ਅਸੀਂ ਇਕੱਠੀਆਂ ਕੀਤੀਆਂ, ਅਤੇ ਫਿਰ ਅਸੀਂ ਉਸ ਹਿਸਾਬ ਨਾਲ ਇੱਥੇ ਪਹੁੰਚਾਉਣ ਦੀ, ਜਿੱਥੇ ਜਿੱਥੇ ਸਾਡੇ ਲੋਕ ਸਾਰਿਆਂ ਸਰਕਲ ਦੇ ਸੀਗੇ ਮਤਲਬ ਰਹਿੰਦੇ ਸਾਰੇ, ਅਸੀਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਕਿੱਥੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ, ਫਿਰ ਉਸ ਹਿਸਾਬ ਨਾਲ ਉੱਥੇ ਪਹੁੰਚਾਉਣ ਦੀ ਖੇਚਲ ਕੀਤੀ ਆ। ਅਤੇ ਅਸੀਂ ਤੁਸੀਂ ਆਹ ਦੇਖ ਲਿਆ ਹੋਣਾ ਸਾਰੇ ਵੀ ਆਉਣ ਵਾਲ ਜਿੱਦਾਂ ਦੇ ਸਾਰੇ ਫਰੈਂਡ ਸਰਕਲ ਸਾਡੇ ਆ, ਕੁਛ ਫਰੈਂਡ ਸਰਕਲ ਸਾਡੇ ਗਾਂ ਪਿੰਡਾਂ ਵਿੱਚ ਗਏ ਹੋਏ ਆ, ਅਤੇ ਕੁਛ ਪਿੱਛੋਂ ਜਿਹੜੀ ਹੋਰ ਲੋੜ ਆ ਉਹ ਲੈ ਕੇ ਆਉਂਦੇ ਪਏ ਆ ਹਰੇ ਚਾਰੇ ਦੀ। ਇਸ ਹਿਸਾਬ ਤੁਹਾਡਾ ਜਿਹੜਾ ਫਰੈਂਡ ਸਰਕਲ ਆ ਉਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਆ ਕੰਮ ਕਰਦਾ? ਉਹ ਸਵੇਰੇ ਕਰੀਬ 6 ਵਜੇ ਦੇ 6:30 ਕਰੀਬ ਲੱਗ ਪੈਂਦਾ, ਰਾਤ ਦੇ 8:30-9 ਵਜੇ ਦੇ ਕਰੀਬ ਮਤਲਬ ਇਸ ਕੰਮ ਕਰਦਾ ਹੈ ਸੇਵਾ ਜਿਹੜੀ। ਅੱਜ ਰੋਹੀਆਂ ਇਲਾਕੇ ਦੇ ਲੋਕ ਹੜ੍ਹ ਦੇ ਨਾਲ ਪੀੜਤ ਨੇ, ਕੁਛ ਦਿਨਾਂ ਬਾਅਦ ਇੱਥੇ ਹਾਲਾਤ ਠੀਕ ਵੀ ਹੋ ਜਾਣਗੇ, ਪਰ ਇਸ ਸਭ 'ਚ ਕਦੇ ਵੀ ਇਸ ਇਲਾਕੇ ਦੇ ਲੋਕ ਇਸ ਯਾਰਾਂ ਦੀ ਟੋਲੀ ਨੂੰ ਨਹੀਂ ਭੁੱਲਣਗੇ ਜੋ ਇਸ ਮੁਸ਼ਕਿਲ ਘੜੀ 'ਚ ਉਹਨਾਂ ਬੇਸੁਬਾਨ ਜਾਨਵਰਾਂ ਲਈ ਕੰਮ ਕਰ ਰਹੇ ਨੇ। ਖੈਰ ਇਹ ਯਾਰਾਂ ਦੀ ਟੋਲੀ ਲੋਕਾਂ ਨੂੰ ਸੰਦੇਸ਼ ਵੀ ਦੇ ਰਹੀ ਹੈ ਕਿ ਇਸ ਮੁਸ਼ਕਿਲ ਦੇ ਘੜੀ 'ਚ ਹਰ ਕਿਸੇ ਨੂੰ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ। ਜਲੰਧਰ ਤੋਂ ਹੁਸਨ ਲਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ 1 ਮੋਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90-419-90-419।